ਹਜ਼ਰਤ ਸ਼ਾਹ ਮਨਸੂਰ ਨੂੰ ਕਾਜ਼ੀਆਂ ਨੇ ਫਤਵਾ ਲਾ ਕੇ ਕੀਤਾ ਬਦਨਾਮ ਲੋਕੋ। ਅਹਿਨਲ ਹੱਕ ਨੂੰ ਲੋਕਾਂ ਨੇ ਕਿਹਾ ਮਾੜੀ ਗੱਲਾਂ ਹੋਣ ਲੱਗੀਆਂ ਸ਼ਰੇ ਆਮ ਲੋਕੋ। ਕੋਈ ਕੁਝ ਆਖੇ ਕੋਈ ਕੁਝ ਆਖੇ ਤਰ੍ਹਾਂ ਤਰ੍ਹਾਂ ਦੇ ਲੱਗਣ ਇਲਜ਼ਾਮ ਲੋਕੋ। ਸ਼ਾਹ ਮਨਸੂਰ ਨੇ ਕਿਹਾ ਜੇ ਸੱਚ ਹੋਇਆ ਆਪਣੀ ਭੈਣ ਦਾ ਕਰੂੰ ਕਤਲਾਮ ਲੋਕੋ। ਗੱਲ ਹੋਰ ਤੋਂ ਹੋਰ ਦੀ ਹੋਰ ਬਣ ਗਈ ਸੋਚਾਂ ਸੋਚਦਾ ਸੁਬਾਹ ਤੇ ਸ਼ਾਮ ਲੋਕੋ। ਮੈਸਮਪੁਰੀ ਦਿਲਬਾਗ ਨੇ ਸੱਚ ਲਿਖਿਆ ਮਗਜੇ ਚੜ ਗਿਆ ਅਣਖ ਦਾ ਜਾਮ ਲੋਕੋ। ਸਤਿਕਾਰਯੋਗ ਪਿਆਰੀ ਸਾਧ ਸਿੰਘ ਜੀ, ਸ਼ਰ੍ਹਾਂ ਵਾਲਿਆਂ ਲੋਕਾਂ ਨੇ ਹਜ਼ਰਤ ਸ਼ਾਹ ਮਨਸੂਰ ਨੂੰ ਭੈਣ ਦਾ ਤਾਨਾ ਮਾਰਿਆ ਕਿ ਤੇਰੀ ਭੈਣ ਬਦ ਚੱਲਣ ਹੈ, ਤਾਂ ਹਜ਼ਰਤ ਸ਼ਾਹ ਮਨਸੂਰ ਨੇ ਆਖਿਆ ਕਿ ਜੇ ਇਹ ਗੱਲ ਸੱਚੀ ਹੋਈ ਤਾਂ ਮੈਂ ਆਪਣੀ ਭੈਣ ਨੂੰ ਖਤਮ ਕਰ ਦੇਵਾਂਗਾ। ਗੱਲ ਕੀ, ਸ਼ਾਹ ਮਨਸੂਰ ਨੇ ਆਪਣੀ ਭੈਣ ਦਾ ਪਿੱਛਾ ਕੀਤਾ ਤਾਂ ਵੇਖਿਆ ਕਿ ਅਹਿਨਲ ਹੱਕ ਤਾਂ ਖੁਦਾ ਦੀ ਬੰਦਗੀ ਕਰਦੀ ਹੈ। ਇਹ ਵੇਖ ਕੇ ਹੈਰਾਨ ਹੋ ਗਿਆ ਤਾਂ ਕਹਿਣ ਲੱਗਾ ਕਿ ਅਹਿਨਲ ਹੱਕ ਦੀ ਆਵਾਜ਼ ਲਗਾਉਣ ਲੱਗਾ। ਫਿਰ ਲੋਕਾਂ ਨੇ ਸੋਚਿਆ ਕਿ ਸ਼ਾਹ ਮਨਸੂਰ ਕਾਫਰ ਹੋ ਗਿਆ ਹੈ, ਇਸ ਨੂੰ ਪੰਜ ਪੰਜ ਪੱਥਰ ਮਾਰੇ ਜਾਣ। ਲੋਕਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਪੱਥਰ ਮਾਰਨ ਤੋਂ ਬਾਅਦ ਹਜ਼ਰਤ ਸ਼ਾਹ ਮਨਸੂਰ ਨੂੰ ਸੂਲੀ ਤੇ ਚਾੜਿਆ ਗਿਆ। ਸੂਲੀ ਟੁੱਟ ਗਈ, ਹਜ਼ਰਤ ਸ਼ਾਹ ਮਨਸੂਰ ਦਾ ਵਾਲ ਵਿੰਗਾ ਨਹੀਂ ਹੋਇਆ ਤਾਂ ਕਾਜ਼ੀ ਲੋਕਾਂ ਨੇ ਸ਼ਾਹ ਮਨਸੂਰ ਨੂੰ ਜਿਉਂਦਿਆਂ ਹੀ ਸਾੜ ਕੇ ਸਵਾਹ ਕਰ ਦਿੱਤਾ। ਪਿਆਰੀ ਸਾਧ ਸਿੰਘ ਜੀ, ਸ਼ਾਹ ਮਨਸੂਰ ਦੇ ਖਤਮ ਹੋਣ ਤੋਂ ਬਾਅਦ ਬੀਬੀ ਅਹਿਨਲ ਹੱਕ ਦਾ ਜੀਵਨ ਕਿਸ ਤਰ੍ਹਾਂ ਬਤੀਤ ਹੋਇਆ, ਇਹ ਸਾਰਾ ਹਾਲ ਪਿਆਰ ਨਾਲ ਸੁਣਨ ਦੀ ਕਿਰਪਾਲਤਾ ਕਰੋ। ਮੌਤ ਵੀਰ ਦੀ ਸੁਣੀ ਤਾਂ ਪੈਣ ਗਸ਼ੀਆਂ, ਨਾਲੇ ਮੀਡੀਆਂ ਸੀ ਸਿਰ ਤੋਂ ਖੋਣ ਲੱਗੀ।
ਸੱਟ ਵੱਜੀ ਕਲੇਜੇ ਤੇ ਬਹੁਤ ਭਾਰੀ, ਰੋ ਰੋ ਆਪਣਾ ਆਪ ਗਵਾਉਣ ਲੱਗੀ। ਮੈਸਮਪੁਰੀ ਦਿਲਵਾਗ ਸੱਚ ਦੱਸ ਦੇ ਤੂੰ ਕੁਦਰਤ ਅੱਗੇ ਕੀ ਖੇਲ ਰਚਾਉਣ ਲੱਗੀ। ਪਿਆਰੀ ਸਾਧ ਸਿੰਘ ਜੀ, ਜਦੋਂ ਹਜ਼ਰਤ ਬਾਬਾ ਸ਼ਾਹ ਮਨਸੂਰ ਨੂੰ ਲੋਕਾਂ ਨੇ ਖਤਮ ਕਰ ਦਿੱਤਾ ਤਾਂ ਬੀਬੀ ਅਹਿਮਦ ਹੱਕ ਦੇ ਮਨ ਤੇ ਬਹੁਤ ਭਾਰੀ ਸੱਟ ਵੱਜੀ। ਸਿਆਣੇ ਕਹਿੰਦੇ ਨੇ ਭਾਈਆਂ ਦਾ ਮਰ ਜਾਣਾ ਮੋਢਿਆਂ ਤੋਂ ਬਾਹਾਂ ਟੁੱਟ ਜਾਣੀਆਂ, ਮਾਪਿਆਂ ਦਾ ਮਰ ਜਾਣਾ ਸਿਰਾਂ ਤੋਂ ਛਾਵਾਂ ਉੱਠ ਜਾਣੀਆਂ, ਧੀਆਂ ਦਾ ਮਰ ਜਾਣਾ ਜੱਗ ਤੋਂ ਧਿਰਾਂ ਮੁੱਕ ਜਾਣੀਆਂ, ਪੁੱਤਰਾਂ ਦਾ ਮਰ ਜਾਣਾ ਜੱਗ ਤੋਂ ਨਾਮ ਨਿਸ਼ਾਨ ਮਿਟ ਜਾਣੇ। ਸੋ ਇਹੋ ਹਾਲ ਹੋਇਆ ਬੀਬੀ ਅਹਿਮਦ ਹੱਕ ਦਾ। ਜਦੋਂ ਪਤਾ ਲੱਗਾ ਕਿ ਲੋਕਾਂ ਨੇ ਮਨਸੂਰ ਨੂੰ ਅੱਗ ਲਾ ਕੇ ਸਾੜ ਦਿੱਤਾ ਤਾਂ ਬੀਬੀ ਅਹਿਮਦ ਗਸ਼ ਖਾ ਕੇ ਜ਼ਮੀਨ ਤੇ ਡਿੱਗ ਪਈ। ਵੀਰ ਦਾ ਦਰਦ ਝੱਲਿਆ ਨਾ ਗਿਆ। ਪਿਆਰੀ ਸਾਧ ਸਿੰਘ ਜੀ, ਭੈਣਾਂ ਨੂੰ ਭਰਾਵਾਂ ਦੇ ਦੁੱਖ ਬੜੇ ਹੁੰਦੇ ਨੇ, ਭੈਣਾਂ ਭਰਾਵਾਂ ਦੇ ਸਹਾਰੇ ਹੀ ਜਿਉਂਦੀਆਂ ਨੇ। ਬੀਬੀ ਅਹਿਮਦ ਹੱਕ ਸ਼ਾਹ ਮਨਸੂਰ ਦੇ ਵਿਛੋੜੇ ਵਿੱਚ ਤੜਫ ਤੜਫ ਕੇ ਕੰਧਾਂ ਵਿੱਚ ਟੱਕਰਾਂ ਮਾਰਨ ਲੱਗੀ। ਕਿਸੇ ਕਵੀ ਨੇ ਲਿਖਿਆ ਹੈ, ਕਿਸੇ ਭੈਣ ਦਾ ਮਰੇ ਨਾ ਵੀਰ ਰੱਬਾ, ਉਹਦੀ ਰੁੱਸ ਜਾਂਦੀ ਤਕਦੀਰ ਰੱਬਾ, ਭੈਣਾਂ ਵੀਰਾਂ ਦੇ ਨਾਲ ਹੀ ਸੋਹਦੀਆਂ ਨੇ, ਰਾਹ ਤੱਕਦੀਆਂ ਔਂਸੀਆਂ ਪਾਉਂਦੀਆਂ ਨੇ, ਚੜ ਕੋਠੇ ਤੋਂ ਕਾਗ ਅਡਾਉਂਦੀਆਂ ਨੇ, ਬੈਠ ਜਾਂਦੀਆਂ ਹੋ ਕੇ ਦਲਗੀਰ ਰੱਬਾ, ਕਿਸੇ ਭੈਣ ਦਾ ਮਰੇ ਨਾ ਵੀਰ ਰੱਬਾ। ਸਤਿਕਾਰਯੋਗ ਪਿਆਰੀ ਸਾਧ ਸਿੰਘ ਜੀ, ਬੀਬੀ ਅਹਿਮਦ ਹੱਕ ਵੀਰ ਦੇ ਵਿਛੋੜੇ ਵਿੱਚ ਇਸ ਤਰ੍ਹਾਂ ਕਰਲਾਉਣ ਲੱਗੀ। ਮੈਸਮਪੁਰੀ ਦਿਲਬਾਗ ਨੇ ਸੱਚ ਲਿਖਿਆ, ਕੀਤਾ ਅੱਲਾ ਦੇ ਯਾਰ ਤੇ ਕਹਿਰ ਕਾਜੀ। ਪਿਆਰੀ ਸਾਧ ਸਿੰਘ ਜੀ, ਬੀਬੀ ਅਹਿਮਦ ਹੱਕ ਕੋਲੋਂ ਸ਼ਾਹ ਮਨਸੂਰ ਦਾ ਦੁੱਖ ਝੱਲਿਆ ਨਾ ਗਿਆ। ਸਿਰ ਦੀਆਂ ਮੀਡੀਆਂ ਖੋਲ ਕੇ ਗਲ ਵਿੱਚ ਪਾ ਲਈਆਂ।
ਜਿਵੇਂ ਕਮਲੀ ਸਦੈਣ ਹੋ ਗਈ ਹੋਵੇ ਤਾਂ ਜਾ ਕੇ ਰੂਮਦੀਨ ਕਾਜ਼ੀ ਨੂੰ ਕਹਿਣ ਲੱਗੀ, ਪਾਪੀਆ ਤੂੰ ਕਿਹੜੇ ਯੁੱਗ ਦਾ ਬਦਲਾ ਲਿਆ? ਇਹ ਕਿਹੜੀ ਕਿਤਾਬ ਵਿੱਚ ਲਿਖਿਆ ਹੈ ਫਕਰਾਂ ਫਕੀਰਾਂ ਤੇ ਜ਼ੁਲਮ ਕਮਾਉਣੇ? ਵੇਖੀ ਖੁਦਾ ਨੇ ਤੈਨੂੰ ਮਾਫ਼ ਨਹੀਂ ਕਰਨਾ, ਹਸ਼ਰ ਵੇਲੇ ਤੈਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਪਵੇਗਾ। ਸੱਚੇ ਬੰਦਿਆਂ ਤੇ ਕਦੇ ਜ਼ੁਲਮ ਨਹੀਂ ਕਰੀਦਾ। ਪਿਆਰੀ ਸਾਧ ਸਿੰਘ ਜੀਓ, ਬੀਬੀ ਐਨਲ ਹੱਕ ਨੇ ਦੁਖੀ ਦਿਲ ਦੇ ਨਾਲ ਕਾਜ਼ੀ ਨੂੰ ਲਾਹਨਤਾਂ ਪਾਈਆਂ। ਕਹਿਣ ਲੱਗੀ, ਵੇ ਪਾਪੀਆ ਤੇਰੇ ਜਿਸਮ ਦੇ ਵਿੱਚ ਕੀੜੇ ਪੈਣਗੇ, ਤੇਰਾ ਬੇੜਾ ਗਰਕ ਹੋ ਜਾਵੇਗਾ। ਤੂੰ ਖੁਦਾ ਦੇ ਆਸ਼ਕ ਨੂੰ ਨਹੀਂ ਬਖਸ਼ਿਆ ਤਾਂ ਤੈਨੂੰ ਖੁਦਾ ਨੇ ਨਹੀਂ ਬਖਸ਼ਣਾ। ਸੋ ਪਿਆਰੀ ਸਾਧ ਸਿੰਘ ਜੀ, ਉਸ ਵੇਲੇ ਦਾ ਹਾਲ ਪਿਆਰ ਨਾਲ ਸ਼ਬਦ ਕਰੋ। ਸਤਿਕਾਰਯੋਗ ਪਿਆਰੀ ਸਾਧ ਸਿੰਘ ਜੀ, ਬੀਬੀ ਅਹਿਨਲ ਹੱਕ ਨੇ ਰੂਮਦੀਨ ਕਾਜ਼ੀ ਨੂੰ ਬਹੁਤ ਲਾਹਨਤਾਂ ਪਾਈਆਂ। ਰੂਮਦੀਨ ਕਾਜ਼ੀ ਆਪਣੇ ਕੀਤੇ ਪਾਪਾਂ ਤੋਂ ਪਛਤਾਉਣ ਲੱਗਾ। ਇੱਕ ਦਿਨ ਕਾਜ਼ੀ ਨੂੰ ਸੁੱਤਿਆਂ ਪਿਆ ਰਾਤ ਨੂੰ ਸੁਫਨਾ ਆਇਆ। ਸੁਫਨੇ ਵਿੱਚ ਖੁਦਾਵੰਦ ਕਰੀਮ ਨੇ ਇੱਕ ਗੈਬੀ ਫਰਿਸ਼ਤਾ ਭੇਜਿਆ। ਉਹ ਫਰਿਸ਼ਤਾ ਕਾਜ਼ੀ ਨੂੰ ਕਹਿਣ ਲੱਗਾ, ਕਾਜ਼ੀ ਸਾਹਿਬ
ਤੂੰ ਬਹੁਤ ਵੱਡਾ ਜ਼ੁਲਮ ਕੀਤਾ ਹੈ, ਤੈਨੂੰ ਇਸ ਕੀਤੇ ਹੋਏ ਪਾਪ ਦੀ ਸਜ਼ਾ ਭੁਗਤਣੀ ਪਵੇਗੀ। ਯਾਦ ਰੱਖੀ, ਹਜ਼ਰਤ ਸ਼ਾਹ ਮਨਸੂਰ ਦੂਸਰੇ ਜਨਮ ਵਿੱਚ ਆਣ ਕੇ ਤੇਰੀ ਕੁਆਰੀ ਲੜਕੀ ਦੀ ਕੁੱਖੋਂ ਜਨਮ ਲਵੇਗਾ। ਤੂੰ ਲੋਕਾਂ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਲੈਣਾ, ਤੇਰੀ ਕੁਲ ਦੇ ਮੱਥੇ ਬਹੁਤ ਭਾਰਾ ਕਲੰਕ ਲੱਗੇਗਾ। ਅਤੇ ਸ਼ਾਹ ਮਨਸੂਰ ਦੂਸਰੇ ਜਨਮ ਵਿੱਚ ਵੀ ਬਹੁਤ ਵੱਡਾ ਪੈਗੰਬਰ ਬਣੇਗਾ। ਪਿਆਰੀ ਸਾਧ ਸਿੰਘ ਜੀਓ, ਖੁਦਾ ਵੱਲੋਂ ਭੇਜਿਆ ਹੋਇਆ ਫਰਿਸ਼ਤਾ ਇਸ ਤਰ੍ਹਾਂ ਕਹਿਣ ਲੱਗਾ, ਗੱਲ ਸੁਣ ਕਾਜੀ ਆਏ ਝੂਠਿਆ ਨਵਾਜੀ ਆਏ, ਗੱਲ ਸੁਣ ਕਾਜੀ ਆਏ ਝੂਠਿਆ ਨਵਾਜੀ ਆਏ, ਪਾਪਾਂ ਦਾ ਪਹਾੜ ਤੇਰੇ ਸਿਰੇ ਉੱਤੇ ਟਜੂਗਾ। ਪਿਆਰੀ ਸਾਧ ਸਿੰਘ ਜੀ, ਖੁਦਾ ਦੇ ਫਰਿਸ਼ਤੇ ਨੇ ਕਾਜੀ ਨੂੰ ਅਸਲੀਅਤ ਦੱਸ ਦਿੱਤੀ ਤਾਂ ਉਧਰ ਬੀਬੀ ਅਹਿਦ ਹੱਕ ਨੂੰ ਬਹੁਤ ਭਾਰਾ ਬਰਾਗ ਲੱਗਾ। ਦਿਨ ਰਾਤ ਸੋਚਾਂ ਵਿਚਾਰਾਂ ਵਿੱਚ ਗੁਜ਼ਾਰਨ ਲੱਗੀ ਤਾਂ ਇੱਕ ਦਿਨ ਆਪਣੇ ਦਿਲ ਦੇ ਨਾਲ ਵਿਚਾਰ ਕਰਕੇ ਅਬਦੁਲ ਕਾਦਰ ਜੀਲਾਨੀ ਪੀਰ ਗੌਸ ਪਾਕ ਜੀ ਦੇ ਦਰਬਾਰ ਤੇ ਜਾਣ ਦਾ ਫੈਸਲਾ ਕੀਤਾ ਤਾਂ ਇੱਕ ਦਿਨ ਖੁਦਾ ਨੂੰ ਯਾਦ ਕਰਕੇ ਪੀਰ ਗੌਸ ਪਾਕ ਜੀ ਦੇ ਦਰਬਾਰ ਵੱਲ ਤੁਰ ਪਈ। ਕਦਮੋ ਕਦਮੀ ਮੰਜ਼ਿਲ ਤੈਅ ਕਰਕੇ ਪੀਰ ਗੌਸ ਪਾਕ ਜੀ ਦੇ ਦਰਬਾਰ ਬਗਦਾਦ ਸ਼ਰੀਫ ਜਾ ਪਹੁੰਚੀ। ਗਲ ਵਿੱਚ ਪੱਲਾ ਪਾ ਕੇ ਸਜਦਾ ਸਲਾਮ ਕੀਤਾ ਤੇ ਫਰਿਆਦ ਕਰਨ ਲੱਗੀ, ਐ ਮੇਰੇ ਮਾਲਕ, ਮੇਰੇ ਤੇ ਰਹਿਮਤ ਦੀ ਨਜ਼ਰ ਕਰੋ ਅਤੇ ਮੇਰੇ ਨਾਲੋਂ ਵਿਛੜੇ ਹੋਏ ਵੀਰ ਮਨਸੂਰ ਨੂੰ ਜੰਨਤ ਵਿੱਚ ਥਾਂ ਦੇਣੀ। ਪਿਆਰੀ ਸਾਧ ਸਿੰਘ ਜੀ, ਪੀਰਾਂ ਦੇ ਦਰਬਾਰ ਤੇ ਫਰਿਆਦ ਕਰਕੇ ਇੱਕ ਜੰਗਲ ਵੱਲ ਚੱਲ ਪੈਂਦੀ ਹੈ ਤੇ ਜੰਗਲ ਵਿੱਚ ਜਾ ਕੇ ਇੱਕ ਕੁੱਲੀ ਬਣਾ ਕੇ ਬੈਠ ਗਈ ਤਾਂ ਦਿਨ ਰਾਤ ਖੁਦਾ ਦੀ ਇਬਾਦਤ ਕਰਨ ਲੱਗੀ।
ਸ਼ਾਮ ਸਵੇਰੇ ਬੀਬੀ ਅਹਿਨਲ ਹੱਕ ਦੇ ਡੇਰੇ ਸੰਗਤੋਂ ਹਮੇਸ਼ਾ ਆਉਂਦੀ ਆ ਲਾ ਦਿੱਤੇ ਕੀਤੀ ਬੀਬੀ ਨੇ ਬਹੁਤ ਕਮਾਈ ਲੋਕੋ ਕਲਮਾ ਨਵੀ ਰਸੂਲ ਦਾ ਰਹੇ ਪੜਦੀ ਪਾਲੀ ਬੀਬੀ ਨੇ ਪਾਕ ਖੁਦਾਈ ਲੋਕੋ ਮਹਿਮਾ ਚਾਰ ਚਫੇਰੇ ਸੀ ਵਧਣ ਲੱਗੀ ਕੈਸੀ ਅੱਲਾ ਨੇ ਖੇਲ ਰਚਾਈ ਲੋਕੋ ਮਹਿਸਮਪੁਰੀ ਦਿਲਬਾਗ ਐਨਲ ਹੱਕ ਤਾਈ ਸੰਗਤਾਂ ਲੱਗੀਆਂ ਦੇਣ ਵਧਾਈ ਲੋਕੋ ਬੀਬੀ ਐਨਲ ਹੱਕ ਕੁੱਲੀ ਪਾ ਕੇ ਖੁਦਾ ਦੀ ਇਬਾਦਤ ਕਰਨ ਲੱਗੀ ਤਾਂ ਆਸੇ ਪਾਸੇ ਚਾਰ ਚਫੇਰੇ ਬੀਬੀ ਐਨਲ ਹੱਕ ਦੀ ਚਰਚਾ ਹੋਈ ਕਿ ਜੰਗਲਾਂ ਵਿੱਚ ਇੱਕ ਨੌਜਵਾਨ ਲੜਕੀ ਖੁਦਾ ਦੀ ਬੰਦਗੀ ਕਰਦੀ ਹੈ ਜੰਗਲਾਂ ਵਿੱਚ ਰਹਿਣ ਵਾਲੇ ਲੋਕ ਦਿਨ ਰਾਤ ਬੀਬੀ ਐਨਲ ਹੱਕ ਦੇ ਕੋਲ ਆਉਣੇ ਸ਼ੁਰੂ ਹੋ ਗਏ ਗੱਲ ਕੀ ਹਰ ਵੇਲੇ ਹੀ ਸਤ ਸੰਗਤ ਹੋਣ ਲੱਗਾ ਬੀਬੀ ਐਨਲ ਹੱਕ ਖੁਦਾ ਦੀ ਬੰਦਗੀ ਕਰਕੇ ਭਰਪੂਰ ਹੋ ਗਈ ਅੱਲਾ ਦਾ ਨਾਮ ਬੀਬੀ ਦੇ ਰੋਮ ਰੋਮ ਵਿੱਚ ਰਚ ਚੁੱਕਾ ਸੀ ਇੱਕ ਦਿਨ ਸੰਗਤਾਂ ਨੇ ਰਲ ਕੇ ਸਲਾਹ ਕੀਤੀ ਕਿ ਕਿਉਂ ਨਾ ਮੱਕੇ ਦਾ ਹੱਜ ਕੀਤਾ ਜਾਏ ਪਿਆਰੀ ਸਾਧ ਸੰਗਤ ਜੀ ਬੀਬੀ ਐਨਲ ਹੱਕ ਨੇ ਲੋਕਾਂ ਨੂੰ ਸਮਝਾਇਆ ਕਿ ਮੱਕੇ ਦਾ ਹੱਜ ਦਿਲੋਂ ਸਾਫ਼ ਹੋ ਕੇ ਕਰਨਾ ਚਾਹੀਦਾ ਹੈ ਬੇੜੇ ਤਾਂ ਅਮਲਾਂ ਨਾਲ ਪਾਰ ਹੋਣੇ ਨੇ ਬੀਬੀ ਐਨਲ ਹੱਕ ਨੇ ਆਖਿਆ ਜੇ ਅਮਲ ਨਹੀਂ ਹੈ ਤਾਂ ਹਾਜੀ ਨਹੀਂ ਹੈ ਅਮਲਾਂ ਦੇ ਨਾਲ ਹੀ ਹਾਜੀ ਹੁੰਦਾ ਹੈ ਨਹੀਂ ਤੇ ਕਾਫਰ ਹੈ ਪਿਆਰੀ ਸਾਧ ਸਿੰਘ ਜੀਓ ਸੰਗਤਾਂ ਨੇ ਜ਼ੋਰ ਪਾ ਕੇ ਬੀਬੀ ਐਨਲ ਹੱਕ ਨੂੰ ਆਖਿਆ ਕਿ ਅਸੀਂ ਤਾਂ ਮੱਕੇ ਦਾ ਹੱਜ ਕਰਨ ਵਾਸਤੇ ਤੁਹਾਨੂੰ ਨਾਲ ਜ਼ਰੂਰ ਲੈ ਕੇ ਜਾਣਾ ਹੈ ਸੋ ਉਸ ਵੇਲੇ ਦਾ ਹਾਲ ਇਸ ਗੀਤ ਰਾਹੀਂ ਸਰਵਣ ਕਰੋ
ਤੇ ਲਿਖਾਰੀ ਮਹਿਸਮ ਪੁਰੀਆ ਕਹੇ ਗੱਲ ਸਾਰੀ ਆਖੇ ਸੱਚ ਦਿਲ ਬਾਗ ਲਿਖਾਰੀ ਮਹਿਸਮ ਪੁਰੀਆ ਕਹੇ ਗੱਲ ਸਾਰੀ ਅੱਗੇ ਵੱਲ ਕਰ ਲਈ ਤਿਆਰੀ ਨਹੀਂ ਮਰਨੇ ਤੋਂ ਡਰਨਾ ਚਲੋ ਚੱਲੀਏ ਬੀਬੀ ਜੀ ਚੱਲੀਏ ਬੀਬੀ ਜੀ ਆਪਾਂ ਹੱਜ ਮੱਕੇ ਦਾ ਕਰਨਾ ਚਲੋ ਚੱਲੀਏ ਬੀਬੀ ਜੀ ਆਪਾਂ ਹੱਜ ਮੱਕੇ ਦਾ ਕਰਨਾ ਚਲੋ ਚੱਲੀਏ ਬੀਬੀ ਜੀ ਆਪਾਂ ਹੱਜ ਮੱਕੇ ਦਾ ਕਰਨਾ ਚਲੋ ਚੱਲੀਏ ਬੀਬੀ ਜੀ ਆਪਾਂ ਹੱਜ ਮੱਕੇ ਦਾ ਕਰਨਾ ਜਦੋਂ ਬੀਬੀ ਅਹਿਨਲ ਹੱਕ ਨੂੰ ਸੰਗਤਾਂ ਨੇ ਪਿਆਰ ਸਤਿਕਾਰ ਨਾਲ ਜ਼ੋਰ ਪਾ ਕੇ ਤਿਆਰ ਕਰ ਲਿਆ ਕਿ ਮੱਕੇ ਦਾ ਹੱਜ ਕਰਨ ਬਿਲਕੁਲ ਜਾਣਾ ਹੈ। ਪਿਆਰੀ ਸਾਧ ਸੰਗਤ ਜੀ, ਮੱਕੇ ਜਾਣ ਵਾਸਤੇ ਸੰਗਤ ਤਿਆਰ ਹੋ ਗਈ। ਬੜੇ ਸਤਿਕਾਰ ਨਾਲ ਬੀਬੀ ਅਹਿਨਲ ਹੱਕ ਜੀ ਦੀ ਕੁਟੀਆ ਤੋਂ ਕਾਫਲਾ ਮੱਕੇ ਵੱਲ ਚੱਲ ਪਿਆ ਤਾਂ ਕਦਮੋ ਕਦਮੀ ਜੰਗਲ ਦਾ ਪੈਂਡਾ ਤੈਅ ਕਰਕੇ ਇੱਕ ਅਯਾੜ ਵਿੱਚ ਪਹੁੰਚ ਗਏ। ਉੱਥੇ ਜਾ ਕੇ ਕੀ ਵੇਖਿਆ ਕਿ ਇੱਕ ਕੁੱਤੀ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਪਾਣੀ ਦੀ ਪਿਆਸ ਨਾਲ ਤੜਫ ਰਹੀ ਹੈ। ਤਾਂ ਬੀਬੀ ਅਹਿਨਲ ਹੱਕ ਨੇ ਆਪਣੇ ਨਾਲ ਗਏ ਹੋਏ ਲੋਕਾਂ ਨੂੰ ਆਖਿਆ, ਇਹਨਾਂ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਤਾਂ ਹੀ ਆਪਣਾ ਹੱਜ ਕਬੂਲ ਹੋਵੇਗਾ। ਤਾਂ ਅੱਗਿਓ ਲੋਕਾਂ ਨੇ ਆਖਿਆ, ਬੀਬੀ ਜੀ ਆਪਣੇ ਕੋਲ ਇੰਨਾ ਟਾਈਮ ਨਹੀਂ ਹੈ ਕਿਉਂਕਿ ਗਰਮੀ ਦਾ ਮੌਸਮ ਹੈ ਅਤੇ ਆਪਣਾ ਪੈਂਡਾ ਵੀ ਕਾਫੀ ਹੈ। ਤਾਂ ਬੀਬੀ ਅਹਿਨਲ ਹੱਕ ਨੇ ਆਖਿਆ ਉਹਨਾਂ ਲੋਕਾਂ ਨੂੰ, ਫਿਰ ਤੁਸੀਂ ਚੱਲੋ, ਮੈਂ ਤਾਂ ਇਹਨਾਂ ਨੂੰ ਪਾਣੀ ਜ਼ਰੂਰ ਪਿਆਵਾਂਗੀ। ਦੁਖੀ ਜੀਵਾਂ ਉੱਤੇ ਜਿਹੜਾ ਕਰੇ ਦਇਆ ਉਹੀ ਬੰਦਾ ਹੈ ਅਸਲ ਇਨਸਾਨ ਹੁੰਦਾ। ਦੁਖੀ ਦਿਲਾਂ ਤੇ ਜਿਹਨੂੰ ਨਹੀਂ ਤਰਸ ਆਉਂਦਾ ਉਹੀ ਬੰਦਾ ਹੈ ਪਸ਼ੂ ਸਮਾਨ ਹੁੰਦਾ। ਜਿਹੜੀ ਆਤਮਾ ਵਿੱਚ ਵਿਰਾਗ ਹੈ ਨਹੀਂ ਕਿਸੇ ਰੋਜ਼ ਨੂੰ ਉਹਦਾ ਨੁਕਸਾਨ ਹੁੰਦਾ। ਮੈਸਮਪੁਰੀ ਦਿਲਬਾਗ ਸੱਚੇ ਬੰਦਿਆਂ ਤੇ ਅੱਲਾ ਖੁਦ ਆ ਕੇ ਮਿਹਰਬਾਨ ਹੁੰਦਾ। ਪਿਆਰੀ ਸਾਧ ਸੰਗਤ ਜੀ, ਬੀਬੀ ਅਹਿਨਲ ਹੱਕ ਨੇ ਆਖਿਆ ਮੈਂ ਤਾਂ ਇਹਨਾਂ ਨੂੰ ਪਾਣੀ ਬਿਲਕੁਲ ਪਿਲਾਵਾਂਗੀ। ਸੋ ਪਿਆਰ ਨਾਲ ਸੁਣਨ ਦੀ ਕਿਰਪਾਲਤਾ ਕਰੋ।
ਪਿਆਰੀ ਸਾਧ ਸੰਗਤ ਜੀ, ਬੀਬੀ ਅਹਿਨਲ ਹੱਕ ਨੇ ਖੁਦਾ ਨੂੰ ਯਾਦ ਕਰਕੇ ਉਸ ਕੁੱਤੀ ਤੇ ਬੱਚਿਆਂ ਨੂੰ ਪਾਣੀ ਪਿਲਾਉਣ ਦਾ ਇਰਾਦਾ ਪਕਾ ਲਿਆ। ਇੱਕ ਤੁਰੇ ਜਾਂਦੇ ਰਾਹੀ ਤੋਂ ਪੁੱਛਿਆ ਕਿ ਨੇੜੇ ਤੇੜੇ ਕੋਈ ਖੂਹ ਹੈ? ਉਸ ਮੁਸਾਫਰ ਨੇ ਆਖਿਆ ਕਿ ਖੂਹ ਤਾਂ ਹੈ ਪਰ ਲੱਜ ਡੋਲ ਨਹੀਂ ਹੈ। ਬੀਬੀ ਅਹਿਨਲ ਹੱਕ ਨੇ ਉਹਨਾਂ ਬੱਚਿਆਂ ਨੂੰ ਚੁੱਕਿਆ ਤੇ ਉਸ ਖੂਹ ਕੋਲ ਲਿਜਾ ਰੱਖੇ। ਗਰਮੀ ਦਾ ਮੌਸਮ ਹੋਣ ਕਰਕੇ ਬੱਚੇ ਪਿਆਸ ਨਾਲ ਤੜਫ ਰਹੇ ਸੀ। ਬੀਬੀ ਅਹਿਨਲ ਨੇ ਇੱਕ ਬਿਉਂਤ ਸੋਚੀ ਕਿ ਪਾਣੀ ਕਿਸ ਤਰ੍ਹਾਂ ਪਿਆਇਆ ਜਾਏ। ਬੀਬੀ ਨੇ ਆਪਣੇ ਸਿਰ ਦੇ ਬਾਲ ਪੁੱਟਣੇ ਸ਼ੁਰੂ ਕਰ ਦਿੱਤੇ ਤਾਂ ਬਾਲ ਪੁੱਟ ਪੁੱਟ ਕੇ ਇੱਕ ਲੰਮੀ ਸਾਰੀ ਡੋਰੀ ਵੱਟ ਲਈ। ਪਿਆਰੀ ਸਾਧ ਸੰਗਤ ਜੀ, ਕਿਉਂਕਿ ਖੂਹ ਦਾ ਪਾਣੀ ਬਹੁਤ ਡੂੰਘਾ ਸੀ, ਡੋਰੀ ਦੇ ਨਾਲ ਆਪਣੇ ਸਿਰ ਦਾ ਸਾਲੂ ਬੰਨਿਆ ਤਾਂ ਭਿਉਂ ਭਿਉਂ ਕੇ ਬੱਚਿਆਂ ਨੇ ਤੇ ਕੁੱਤੀ ਦੇ ਮੂੰਹ ਵਿੱਚ ਪਾਣੀ ਪਾਉਣ ਲੱਗੀ। ਗੱਲ ਕੀ, ਉਹਨਾਂ ਨੂੰ ਮੌਤ ਦੇ ਮੂੰਹ ਵਿੱਚੋਂ ਬੀਬੀ ਅਹਿਨਲ ਹੱਕ ਨੇ ਬਚਾ ਲਿਆ। ਹੁਣ ਜਦੋਂ ਬੀਬੀ ਉਹਨਾਂ ਨੂੰ ਪਾਣੀ ਪਿਆ ਕੇ ਤੁਰਨ ਲੱਗੀ ਤਾਂ ਖੁਦਾ ਨੇ ਜਬਰਾਇਲ ਫਰਿਸ਼ਤਾ ਭੇਜਿਆ ਜੋ ਬੀਬੀ ਨੂੰ ਇਸ ਤਰ੍ਹਾਂ ਕਹਿਣ ਲੱਗਾ। ਜਬਰਾਇਲ ਨੇ ਆਖਿਆ, ਸੁਣ ਬੀਬੀ, ਮੱਕਾ ਤੇਰੇ ਦੀਦਾਰ ਨੂੰ ਆ ਰਿਹਾ ਏ, ਜਿਹੜੇ ਅੱਲਾ ਦਾ ਨਾਮ ਤੂੰ ਜਪਦੀ ਏ, ਹੁਣ ਤੇਰਾ ਉਹ ਨਾਮ ਧਿਆ ਰਿਹਾ ਏ, ਤੇਰੇ ਵਾਸਤੇ ਜੰਤ ਦਾ ਰਾਜ ਬੀਬੀ ਮੂੰਹੋਂ ਖੁਦ ਖੁਦਾ ਫਰਮਾ ਰਿਹਾ ਏ, ਹੁਕਮ ਆਇਆ ਹੈ ਪਾਕ ਦਰਗਾਹ ਵਿੱਚੋਂ ਮਹਿਸਮਪੁਰੀ ਦਿਲਬਾਗ ਸੱਚ ਗਾ ਰਿਹਾ ਏ। ਪਿਆਰੀ ਸਾਧ ਸੰਗਤ ਜੀ, ਜਬਰਾਇਲ ਫਰਿਸ਼ਤੇ ਨੇ ਆਖਿਆ, ਬੀਬੀ ਤੇਰੀ ਬੰਦਗੀ ਮਨਜ਼ੂਰ ਹੋ ਚੁੱਕੀ ਹੈ, ਖੁਦਾ ਨੇ ਤੈਨੂੰ ਜੰਨਤ ਦਾ ਰਾਜ ਬਖਸ਼ ਦਿੱਤਾ ਹੈ। ਸੋ ਫਰਿਸ਼ਤੇ ਨੇ ਬੀਬੀ ਅਹਿਨਲ ਹੱਕ ਨੂੰ ਇਹ ਇਸ ਤਰ੍ਹਾਂ ਆਖਿਆ। ਸਾਰੀ ਦੁਨੀਆਂ ਨਾਮ ਤੇਰੇ
ਡੇਰਾ ਵਿੱਚ ਬਹਿਸਤਾ ਡੇਰਾ ਬੀਬੀ ਚੁੱਕਿਆ ਗਿਆ ਹਨੇਰਾ ਮੱਕੇ ਦਾ ਤੈਨੂੰ ਹਾਜੀ ਹੋ ਗਿਆ ਐਨਲ ਬੀਬੀ 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 ਮੱਕੇ ਦਾ ਤੈਨੂੰ ਹਾਜੀ ਹੋ ਗਿਆ। ਸਤਿਕਾਰਯੋਗ ਪਿਆਰੀ ਸਾਧ ਸੰਗਤ ਜੀ, ਜਦੋਂ ਜਬਰਾਇਲ ਫਰਿਸ਼ਤੇ ਨੇ ਖੁਦਾ ਦੇ ਹੁਕਮ ਨਾਲ ਬੀਬੀ ਅਹਿਨਲ ਹੱਕ ਨੂੰ ਸੰਦੇਸ਼ ਦਿੱਤਾ ਤਾਂ ਬੀਬੀ ਨੇ ਖੁਦਾ ਦਾ ਹੁਕਮ ਮੰਨ ਕੇ ਸ਼ੁਕਰਗੁਜ਼ਾਰ ਕੀਤਾ। ਕਹਿੰਦੇ ਨੇ ਕਿ ਅਰਬ ਦੇਸ਼ ਦਾ ਬਾਦਸ਼ਾਹ ਘੋੜੇ ਤੇ ਅਸਵਾਰ ਹੋ ਕੇ ਬੀਬੀ ਅਹਿਨਲ ਹੱਕ ਦੇ ਕੋਲ ਦੀ ਲੰਘਣ ਲੱਗਾ ਤਾਂ ਬੀਬੀ ਅਹਿਨਲ ਹੱਕ ਨੇ ਉਸ ਨੂੰ ਆਵਾਜ਼ ਮਾਰੀ ਤੇ ਪੁੱਛਣ ਲੱਗੀ, ਵੀਰ ਜੀ ਕਿੱਧਰ ਜਾ ਰਹੇ ਹੋ? ਅੱਗਿਓਂ ਬਾਦਸ਼ਾਹ ਨੇ ਆਖਿਆ, ਖਾਨੇ ਕਾਬੇ ਜਾ ਰਿਹਾ ਹਾਂ। ਤਾਂ ਬੀਬੀ ਨੇ ਆਖਿਆ, ਖਾਨੇ ਕਾਬੇ ਜਾਣ ਦੀ ਤਦ ਹੀ ਫਾਇਦਾ ਹੈ ਜੇ ਮਨ ਵਿੱਚ ਨਿਮਰਤਾ ਹੋਵੇ। ਤੈਨੂੰ ਅਸਾਂ ਆਵਾਜ਼ ਮਾਰ ਕੇ ਬੁਲਾਇਆ ਹੈ, ਤੂੰ ਘੋੜੇ ਤੋਂ ਹੀ ਨਹੀਂ ਉਤਰਿਆ, ਇਸ ਕਰਕੇ ਤੇਰੇ ਜਿਸਮ ਵਿੱਚੋਂ ਹੰਕਾਰ ਦੀ ਬਦਬੋ ਆ ਰਹੀ ਹੈ। ਪਹਿਲਾਂ ਕਿਸੇ ਪੂਰੇ ਗੁਰੂ ਦਾ ਪੱਲਾ ਫੜ, ਫਿਰ ਰੱਬ ਦਾ ਦੀਦਾਰ ਹੋਵੇਗਾ। ਗੈਨ ਗੁਰੂ ਦੇ ਆਵਾਜ਼ ਨਾਲ ਢੋਈ ਮਿਲਦੀ, ਭਾਵੇਂ ਪੜ੍ਹੀ ਜਾ ਗੀਤਾ ਕੁਰਾਨ ਬੰਦੇ, ਮੈਲ ਮਨਾਂ ਦੀ ਲੱਥੇ ਨਾ ਨਾਮ ਵਾਜੋ, ਜਾ ਤੀਰਥੀ ਕਰੇ ਇਸ਼ਨਾਨ ਬੰਦੇ, ਅਮਲਾਂ ਵਾਜ ਨਾ ਲੱਗਦੇ ਪਾਰ ਬੇੜੇ, ਨਿਤ ਕੂਕ ਦੇ ਬੇਦ ਪ੍ਰਾਨ ਬੰਦੇ, ਮੈਸਮਪੁਰੀ ਦਿਲਬਾਗ ਕੁਝ ਸੋਚ ਲੈ ਤੂੰ, ਗੁਰੂ ਬਿਨਾਂ ਨਾ ਮਿਲੇ ਗਿਆਨ ਬੰਦੇ। ਪਿਆਰੀ ਸਾਧ ਸੰਗਤ ਜੀ, ਉਸ ਬਾਦਸ਼ਾਹ ਨੂੰ ਬੀਬੀ ਨੇ ਉਪਦੇਸ਼ ਦਿੱਤਾ ਤਾਂ ਬੀਬੀ ਅਹਿਨਲ ਹੱਕ ਨੇ ਆਖਿਆ, ਪੱਲੇ ਰਿਜਕ ਨਾ ਬੰਨਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਦਾ ਉਹਨਾਂ ਨੂੰ ਰਿਜਕ ਹਮੇਸ਼। ਕਿਸੇ ਵਿਦਵਾਨ ਨੇ ਆਖਿਆ ਹੈ, ਕਾਬੇ ਕੋ ਸਜਦਾ ਮੈਂ ਕਰਾਂ, ਕਹਬਾ ਵੀ ਕਰਦਾ ਵੇਖਿਆ, ਖੁਦ ਖੁਦਾ ਮਹਿਬੂਬ ਦੀ ਨਵਾਜ਼ ਪੜਦਾ ਵੇਖਿਆ। ਬੀਬੀ ਕਹਿਣ ਲੱਗੀ, ਰੱਬ ਤਾਂ ਆਪ ਆਣ ਕੇ ਇਨਸਾਨ ਨੂੰ ਮਿਲਦਾ ਹੈ, ਸਿਰਫ ਅਮਲਾਂ ਦੀ ਲੋੜ ਹੈ।
ਜਦੋਂ ਬੀਬੀ ਅਹਿਨਲ ਹੱਕ ਨੇ ਉਸ ਬਾਦਸ਼ਾਹ ਨੂੰ ਉਪਦੇਸ਼ ਦਿੱਤਾ ਤਾਂ ਬਾਦਸ਼ਾਹ ਨੇ ਘੋੜੇ ਤੋਂ ਉਤਰ ਕੇ ਬੀਬੀ ਦੇ ਚਰਨਾਂ ਤੇ ਸਜਦਾ ਸਲਾਮ ਕੀਤਾ ਤੇ ਪੁੱਛਣ ਲੱਗਾ, ਬੀਬੀ ਜੀ ਤੁਸੀਂ ਇਹ ਗੱਲ ਕਿੱਥੋਂ ਪਾਈ ਹੈ? ਤਾਂ ਬੀਬੀ ਕਹਿਣ ਲੱਗੀ, ਬਾਦਸ਼ਾਹ ਜੀ ਇਹ ਗੱਲ ਬੜੀ ਮੁਸ਼ਕਲ ਮਿਲਦੀ ਹੈ, ਆਪਣਾ ਆਪ ਖੁਦਾ ਦੇ ਨਾਮ ਤੋਂ ਕੁਰਬਾਨ ਕਰਨਾ ਪੈਂਦਾ ਹੈ, ਨਾਮ ਜਪਿਆ ਜਿਨ੍ਹਾਂ ਪਰਮਾਤਮਾ ਦਾ, ਝੰਡੇ ਉਹਨਾਂ ਦੇ ਜਗਤ ਤੇ ਝੂਲਦੇ ਨੇ, ਮੰਜ਼ਿਲ ਉਹਨਾਂ ਦੇ ਆਣ ਕੇ ਕਦਮ ਚੁੰਮਦੀ ਜਿਹੜੇ ਹਸ-ਹਸ ਮੌਤ ਕਬੂਲਦੇ ਨੇ। ਪਿਆਰੀ ਸਾਧ ਸੰਗਤ ਜੀਓ, ਬੀਬੀ ਅਹਿਨਲ ਹੱਕ ਨੇ ਆਖਿਆ, ਤੈਨੂੰ ਕਿਸੇ ਪੂਰਨ ਮਹਾਤਮਾ ਦੇ ਚਰਨੀ ਲੱਗ ਕੇ ਖੁਦਾ ਦੀ ਇਬਾਦਤ ਕਰਨੀ ਪਵੇਗੀ ਤੇ ਫਿਰ ਤੇਰਾ ਬੇੜਾ ਪਾਰ ਹੋਵੇਗਾ। ਜੋ ਬੀਬੀ ਅਹਿਨਲ ਹੱਕ ਨੇ ਬਾਦਸ਼ਾਹ ਨੂੰ ਹਦਾਇਤ ਕੀਤੀ, ਦਿਲਬਾਗ ਸਿੰਘ ਮੈਸੂਪੁਰੀ ਤੇ ਸਾਥੀਆਂ ਕੋਲੋਂ ਪਿਆਰ ਨਾਲ ਸੁਣਨ ਦੀ ਕਿਰਪਾਲਤਾ ਕਰੋ। ਜ਼ਿੰਦਗੀ ਵਿੱਚ ਮੁਸ਼ਕਲ ਆ ਜਾਏ।